ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਯਾਰਡਨ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਅਤੇ ਇਹ ਲੇਕਸ ਬਹੁਤ ਹੀ ਜ਼ਿਆਦਾ ਸੋਹਣੀਆਂ ਨੇ ਅਤੇ ਇਹਨਾਂ ਨੂੰ ਵਰਜਨ ਲੇਕਸ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਬਹੁਤ ਘੱਟ ਲੋਕ ਆਉਂਦੇ ਨੇ, ਜੇਕਰ ਆਉਂਦੇ ਵੀ ਨੇ ਤਾਂ ਉਹ ਕੈਂਪਰਸ ਵਗੈਰਾ ਹੁੰਦੇ ਨੇ ਅਤੇ ਉਹ ਆਪਣਾ ਕੈਂਪ ਵਗੈਰਾ ਇੱਥੇ ਲਗਾ ਕੇ ਅਤੇ ਸਰਕਾਰ ਕੋਲ ਉਹਨਾਂ ਦੀ ਪ੍ਰੋਪਰ ਸੂਚੀ ਜਾਂ ਡਿਟੇਲ ਹੁੰਦੀ ਹੈ ਕਿ ਕੌਣ ਬੰਦਾ ਇੱਥੇ ਆ ਕੇ ਕੈਂਪ ਲਗਾ ਰਿਹਾ ਅਤੇ ਤੁਹਾਨੂੰ ਰਜਿਸਟਰ ਕਰਾ ਕੇ ਹੀ ਇੱਥੇ ਕੈਂਪ ਲਾਉਣਾ ਪੈਂਦਾ ਅਤੇ ਤੁਸੀਂ ਮੰਨ ਲਓ ਕੈਂਪ ਲਗਾ ਲਿਆ ਅਤੇ ਇਸ ਜਗ੍ਹਾ ਦੇ ਉੱਪਰ ਤੁਸੀਂ ਕੋਈ ਵੇਸਟ ਜਾਂ ਆਪਣਾ ਕੂੜਾ ਕਰਕਟ ਨਹੀਂ ਸੁੱਟ ਸਕਦੇ। ਜਿਵੇਂ ਤੁਸੀਂ ਦੇਖਿਆ ਹੋਊ ਹਿਮਾਚਲ ਦੇ ਵਿੱਚ ਬੀਅਰ ਦੀਆਂ ਬੋਤਲਾਂ ਜਾਂ ਕੁਛ ਹੋਰ ਚੀਜ਼ਾਂ ਮਤਲਬ ਆਪਾਂ ਇਸ ਤਰ੍ਹਾਂ ਹੀ ਸੁੱਟ ਜਾਂਦੇ ਹਾਂ ਅਤੇ ਜੋ ਕਿ ਗਲਤ ਚੀਜ਼ ਆ, ਆਪਾਂ ਪਰਿਆਵਰਨ ਨੂੰ ਨੁਕਸਾਨ ਪਹੁੰਚਾਉਂਦੇ ਹਾਂ, ਆਪਣਾ ਆਲਾ ਦੁਆਲਾ ਬਿਲਕੁਲ ਖਰਾਬ ਹੋ ਜਾਂਦਾ ਅਤੇ ਇੱਥੋਂ ਦੇ ਰਹਿਣ ਵਾਲੇ ਜਾਨਵਰਾਂ ਨੂੰ ਬੜੀ ਦਿੱਕਤ ਆਉਂਦੀ ਹੈ। ਅਤੇ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਇਹ ਮੇਨ ਲੇਕ ਨਹੀਂ ਹੈਗੀ, ਇਹ ਛੋਟੀ ਲੇਕ ਹੈ ਅਤੇ ਇਹ ਲੇਕਸ ਨੇ ਜਿਹੜੀਆਂ ਜਦੋਂ ਟੈਕਟੋਨਿਕ ਪਲੇਟਸ ਨੇ ਜਿਹੜੀਆਂ ਆਪਸ 'ਚ ਟਕਰਾ ਕੇ ਅਲੱਗ ਅਲੱਗ ਮਹਾਂਸਾਗਰਾਂ ਦੇ ਵਿੱਚ ਜਦੋਂ ਕੰਟੀਨੈਂਟ ਮੂਵ ਕਰਦੇ ਸੀ ਅਤੇ ਹੁਣ ਵੀ ਕਰ ਰਹੇ ਨੇ, ਅਤੇ ਉਹ ਜਦੋਂ ਮੂਵ ਕਰਨ ਤੋਂ ਬਾਅਦ ਆਪਸ 'ਚ ਟਕਰਾਉਂਦੇ ਨੇ ਤਾਂ ਉਹਨਾਂ ਦੇ ਵਿੱਚ ਪਾਣੀ ਇਕੱਠਾ ਹੋਇਆ ਹੋਇਆ ਬਚ ਜਾਂਦਾ, ਸਮੇਂ ਦੇ ਨਾਲ ਉਹ ਲੇਕਸ ਬਣ ਜਾਂਦੀਆਂ ਨੇ। ਜਿਵੇਂ ਉੱਪਰ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ, ਜੋ ਤਿੱਬਤ ਦਾ ਮੈਪ ਆ, ਉੱਥੇ ਬਹੁਤ ਹੀ ਜ਼ਿਆਦਾ ਲੇਕਸ ਨੇ ਅਤੇ ਬਹੁਤ ਹੀ ਜ਼ਿਆਦਾ ਸੋਹਣੀਆਂ ਨੇ, ਅਤੇ ਉਹਨਾਂ 'ਚੋਂ ਇੱਕ ਐਗਜ਼ਾਮਪਲ ਹੈ ਮਾਨ ਸਰੋਵਰ ਝੀਲ ਦੀ। ਅਤੇ ਮਾਨ ਸਰੋਵਰ ਝੀਲ ਵੀ ਕੁਛ ਇਸ ਤਰ੍ਹਾਂ ਹੀ ਬਣੀ ਹੈ, ਜਦੋਂ ਅਫਰੀਕਾ ਤੋਂ ਕੰਟੀਨੈਂਟ ਟੁੱਟ ਕੇ ਏਸ਼ੀਆ ਦੇ ਨਾਲ ਆ ਕੇ ਟਕਰਾਇਆ, ਜੋ ਕਿ ਅੱਜ ਦੇ ਟਾਈਮ ਦੇ ਵਿੱਚ ਇੰਡੀਅਨ ਪੈਨੀਸੂਲਰ ਕਹਿ ਦਿੰਦੇ ਹਾਂ ਆਪਾਂ ਉਹਨੂੰ, ਅਤੇ ਉਸ ਤੋਂ ਬਾਅਦ ਇੱਥੇ ਜੋ ਸਮੁੰਦਰ ਸੀ ਉਹ ਥੋੜ੍ਹਾ ਜਦੋਂ ਟਕਰਾਉਣ ਦੇ ਨਾਲ ਉੱਪਰ ਨੂੰ ਉਭਾਰ ਆਇਆ ਤਾਂ ਉਹਦੇ ਨਾਲ ਹਿਮਾਲੀਅਨ ਰੀਜਨ ਬਣਿਆ, ਅਤੇ ਬਾਕੀ ਜੋ ਪਾਣੀ ਬਚਿਆ ਰਹਿ ਗਿਆ ਉਹ ਲੇਕਸ ਦੇ ਤੌਰ 'ਤੇ ਵਿਕਸਿਤ ਹੋ ਗਿਆ ਸਮੇਂ ਦੇ ਨਾਲ। ਅਤੇ ਆਪਾਂ ਇਹ ਲੇਕਸ ਨੇ ਜਿਹੜੀਆਂ ਇਹ ਵੀ ਕੁਛ ਇਸ ਤਰ੍ਹਾਂ ਬਣੀਆਂ ਨੇ, ਅਤੇ ਇੱਥੇ ਮਾਊਂਟੇਨ ਦੇ ਵਿੱਚ ਵੋਲਕੈਨਿਕ ਐਕਟੀਵਿਟੀਜ਼ ਵੀ ਕਾਫੀ ਹੁੰਦੀਆਂ ਰਹੀਆਂ ਕਿਉਂਕਿ ਇਸ ਦੇ ਨੇੜੇ ਬਿਲਕੁਲ ਜਿਹੜੀ ਮੂਵਮੈਂਟ ਆ ਉਹ ਅੱਜ ਵੀ ਚੱਲਦੀ ਹੈ ਟੈਕਟੋਨਿਕ ਪਲੇਟਸ ਦੀ, ਅਤੇ ਕਈ ਥਾਵਾਂ ਦੇ ਉੱਪਰ ਹੌਟ ਵਾਟਰ ਸਪ੍ਰਿੰਗਸ ਵੀ ਨੇ ਅਤੇ ਜਿੱਥੋਂ ਨੀਚੋਂ ਗਰਮ ਪਾਣੀ ਨਿਕਲਦਾ, ਉਹ ਗਰਮ ਪਾਣੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਆਪਣੇ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਦੇ ਵਿੱਚ ਮਣੀਕਰਨ ਸਾਹਿਬ ਹੁੰਦਾ ਅਤੇ ਜਾਂ ਜਵਾਲਾ ਜੀ ਦੇ ਵਿੱਚ ਅੱਗ ਮੱਚ ਰਹੀ ਹੈ, ਉਹ ਸਾਰੀਆਂ ਮਤਲਬ ਇਹ ਨੈਚੁਰਲ ਐਕਟੀਵਿਟੀਜ਼ ਨੇ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ। ਅਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੇਰੇ ਸਾਹਮਣੇ ਇੱਕ ਖੱਬੇ ਹੱਥ ਲੇਕ ਹੈ ਅਤੇ ਇੱਕ ਸਾਹਮਣੇ, ਅਤੇ ਫਿਰ ਇੱਧਰਲੀ ਸਾਈਡ ਵੀ ਇੱਕ ਲੇਕ ਹੈ, ਅਤੇ ਜੋ ਮੇਨ ਲੇਕ ਹੈ ਉਹ ਮੈਂ ਤੁਹਾਨੂੰ ਦਿਖਾਉਣਾ ਹੈ। ਥੋੜ੍ਹੀ ਦੇਰ ਤੱਕ ਆਪਾਂ ਉੱਪਰ ਨੂੰ ਮੂਵ ਕਰਕੇ ਚੱਲਦੇ ਹਾਂ ਅਤੇ ਉਹ ਲੇਕ ਦੇ ਉੱਪਰ ਵੀ ਚੱਲਾਂਗੇ। ਇਹ ਸਾਰੇ ਦਰੱਖਤ ਜਿਹੜੇ ਇੱਥੇ ਡਿੱਗੇ ਪਏ ਨੇ ਇਹ ਸਰਕਾਰ ਇੱਥੇ ਹੀ ਛੱਡ ਦਿੰਦੀ ਹੈ, ਆਪਣੇ ਜੰਗਲਾਤ ਮਹਿਕਮੇ ਵਾਲਾ ਕੰਮ ਨਹੀਂ ਵੀ ਲੱਕੜ ਨੂੰ ਫਿਰ ਚਾਹੇ ਆਪ ਗਿਰੇ ਹੋਣ ਜਾਂ ਮਤਲਬ ਖੁਦ ਵੱਢ ਕੇ ਵੇਚ ਦਿਓ। ਸਰਕਾਰ ਕੀ ਕਹਿ ਦਿੱਤੀ ਹੈ ਵੀ ਸਰਕਾਰ ਇਹ ਕਹਿੰਦੀ ਹੈ ਵੀ ਜੋ ਇੱਥੇ ਦਰੱਖਤ ਗਿਰੇ ਨੇ ਤਾਂ ਇਹ ਟਾਈਮ ਪਾ ਕੇ ਇੱਥੇ ਗਲ ਜਾਣਗੇ ਅਤੇ ਨੇਚਰ ਦੇ ਵਿੱਚ ਹੀ ਮਿਲ ਜਾਣਗੇ। ਤੁਸੀਂ ਆਹ ਦਰੱਖਤ ਦੇ ਵਿੱਚ ਦੇਖ ਸਕਦੇ ਹੋ, ਇਹ ਦਰੱਖਤ ਹੈ ਜਿਹੜਾ ਘੱਟੋ ਘੱਟ 40-50 ਸਾਲ ਪੁਰਾਣਾ ਹੋਊਗਾ, ਅਤੇ ਤੁਸੀਂ ਇੱਥੋਂ ਇਹਦੇ ਜਿਹੜੇ ਰਿੰਗਸ ਨੇ ਉਹਨਾਂ ਤੋਂ ਆਪਾਂ ਦੇਖ ਸਕਦੇ, ਜਿਵੇਂ ਇੱਕ ਰਿੰਗ ਇੱਥੇ ਹੋ ਗਈ, 2-3-4-5 ਇਸ ਤਰ੍ਹਾਂ, ਅਤੇ ਇਹ ਰਿੰਗਸ ਤੋਂ ਆਪਾਂ ਦੱਸ ਸਕਦੇ ਹਾਂ ਕਿ ਇਹ ਕਿੰਨੇ ਸਾਲ ਪੁਰਾਣਾ। ਅਤੇ ਇਹ ਤੁਸੀਂ ਇੱਥੇ ਦੇਖ ਸਕਦੇ, ਇਹਦੇ ਵਿੱਚ ਜਿਹੜੇ ਕ੍ਰੈਕ ਨੇ ਇਹਦੇ ਵਿੱਚ ਕਈ ਜੀਵ ਜੰਤੂ ਬਰੀਕ ਜੋ ਕੀੜੇ ਮਕੌੜੇ ਹੋ ਗਏ ਉਹਨਾਂ ਦਾ ਇਹ ਘਰ ਹੈ, ਤਾਂ ਇਹਨੂੰ ਟਾਈਮ ਪਾ ਕੇ ਪੂਰੇ ਦੇ ਪੂਰੇ ਦਰੱਖਤ ਨੂੰ ਗਾਲ ਦੇਣਗੇ ਜਾਂ ਡੀਕੰਪੋਜ਼ ਕਰ ਦੇਣਗੇ, ਉਸ ਤੋਂ ਬਾਅਦ ਇਹ ਨੇਚਰ ਦੇ ਵਿੱਚ ਹੀ ਮਿਲ ਜੂਗਾ, ਖਾਦ ਬਣ ਜੂਗਾ। ਤਾਂ ਸਰਕਾਰ ਇਸ ਤਰ੍ਹਾਂ ਇੱਥੋਂ ਦੇ ਪਰਿਆਵਰਨ ਨੂੰ ਛੇੜਦੀ ਨਹੀਂ ਹੈਗੀ। ਉਹ ਮੇਰਾ ਸਾਹਮਣੇ ਇੱਕ ਮਿੱਤਰ ਆ ਰਿਹਾ, ਅਨੁਰਾਗ ਕਾਂਡਾ, ਅਨੁਰਾਗ ਕਸ਼ਪ, ਕੀ ਨਾਮ ਆ ਬਈ ਤੇਰਾ? ਅਨੁਰਾਗ ਕੌਸ਼ਲ।
ਇਹ ਆ ਗਿਆ ਬਾਈ, ਇਹ ਵੀ ਬਾਈ ਫੋਟੋਗ੍ਰਾਫੀ ਕਰਦਾ ਫਿਰਦਾ। ਤੁਸੀਂ ਇੱਥੇ ਦੇਖ ਸਕਦੇ ਹੋ ਇਹ ਦਰਖਤ ਦੇ ਉੱਪਰ ਲਾਈਕਨ ਲੱਗੀ ਹੋਈ ਹੈ, ਅਤੇ ਜਿੱਥੇ ਜ਼ਿਆਦਾ ਲਾਈਕਨ ਹੋਊਗੀ ਉੱਥੋਂ ਦਾ ਜਿਹੜਾ ਪਰਿਆਵਰਨ ਹੈ ਜਾਂ ਐਟਮੋਸਫੀਅਰ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ, ਪਤਾ ਨਹੀਂ ਕੀ ਕਹਾਂਗੇ, ਅਤੇ ਤੁਸੀਂ ਇਹ ਦੇਖ ਸਕਦੇ ਹੋ ਇਹ ਲਾਈਕਨ ਹੈ ਅਤੇ ਐਲਗੀ ਅਤੇ ਫੰਜਾਈ ਦਾ ਇੱਕ ਇਕੱਠਾ ਰੂਪ, ਅਤੇ ਜਿਹੜਾ ਮਿਲ ਕੇ ਆਪਣਾ ਭੋਜਨ ਤਿਆਰ ਕਰਦਾ ਰਹਿੰਦਾ ਅਤੇ ਇਹਨੂੰ ਲਾਈਕਨ ਕਹਿ ਦਿੰਦੇ ਨੇ। ਇੱਥੇ ਕਈ ਕਿਸਮ ਦੀ ਹੈ, ਆਪਣੇ ਹਿਮਾਚਲ ਉੱਤਰਾਖੰਡ ਦੇ ਵਿੱਚ ਕੁਛ ਕੁ ਤਰ੍ਹਾਂ ਦੀ ਮਿਲੂਗੀ, ਅਤੇ ਇੱਥੇ ਇਹਨਾਂ ਦੀਆਂ ਸਪੀਸੀਜ਼ ਕਾਫੀ ਨੇ, ਅਤੇ ਇਹ ਜ਼ਿਆਦਾਤਰ ਜੋ ਇਹਦਾ ਛਿੱਲੜ ਹੈ ਸੱਕ ਹੈ, ਪੰਜਾਬੀ 'ਚ ਸੱਕ ਕਹਿ ਦਿੰਦੇ ਨੇ, ਅੰਗਰੇਜ਼ੀ 'ਚ ਬਾਰਕ, ਅਤੇ ਇਹ ਬਾਰਕ ਦੇ ਉੱਪਰ ਇਹ ਗਰੋ ਕਰਦੀ ਹੈ ਅਤੇ ਗਰੋ ਕਰਕੇ ਆਪਣਾ ਭੋਜਨ ਤਿਆਰ ਕਰਦੀ ਰਹਿੰਦੀ ਹੈ। ਆਪਾਂ ਤੁਹਾਨੂੰ ਥੋੜ੍ਹਾ ਉੱਪਰ ਲੈ ਕੇ ਚੱਲਦੇ ਹਾਂ, ਅਤੇ ਇੱਥੇ ਥੋੜ੍ਹੀ ਦੇਰ ਤੁਸੀਂ ਖੜੋਗੇ ਤਾਂ ਤੁਹਾਡੇ 'ਤੇ ਕੀੜੇ ਚੜ੍ਹ ਜਾਣੇ ਨੇ, ਕੀੜੇ ਬਹੁਤ ਨੇ, ਮੇਰੇ 2 ਲੜ ਚੁੱਕੇ ਨੇ ਹੁਣ ਤੱਕ, ਅਤੇ ਬਹੁਤ ਹੀ ਜ਼ਿਆਦਾ ਇੱਥੇ ਸਪੀਸੀਜ਼ ਦੀ ਡਾਇਵਰਸਿਟੀ ਹੈ, ਤੁਹਾਨੂੰ ਮਤਲਬ ਤਰ੍ਹਾਂ ਤਰ੍ਹਾਂ ਦੇ ਕੀੜੇ ਮਕੌੜੇ ਕੀਟ ਪਤੰਗੇ ਮਿਲਦੇ ਰਹਿਣਗੇ। ਅਤੇ ਆਪਾਂ ਹੁਣ ਥੋੜ੍ਹਾ ਉੱਪਰ ਨੂੰ ਜਾ ਕੇ ਤੁਹਾਨੂੰ ਨਜ਼ਾਰਾ ਦਿਖਾਉਂਦੇ ਹਾਂ, ਜੋ ਮੇਨ ਲੇਕ ਹੈ ਇੱਥੇ ਕੈਂਟਕੀ ਕਰਕੇ ਇਹ ਜਗ੍ਹਾ, ਅਤੇ ਇਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਗੀ ਹੈ, ਅਤੇ ਜਦੋਂ ਆਪਾਂ ਸਰੀ ਤੋਂ ਜਾਂ ਐਵਸਫੋਰਡ ਤੋਂ ਕਲੋਨਾ ਵੱਲ ਨੂੰ ਜਾਂਦੇ ਹਾਂ ਤਾਂ ਇਹ ਰਸਤੇ ਦੇ ਵਿੱਚ ਥੋੜ੍ਹਾ ਸਾਈਡ ਨੂੰ ਨਿਕਲ ਕੇ ਰੋਡ ਦੇ ਉੱਪਰ ਆਫ ਰੋਡਿੰਗ ਕਰਕੇ ਆਇਆ ਜਾਂਦਾ, ਅਤੇ ਉਹ ਤੁਸੀਂ ਦੇਖ ਸਕਦੇ ਹੋ ਕੋਈ ਬੰਦਾ ਰੋੜੇ ਵਗੈਰਾ ਰੋੜੀਆਂ ਵਗੈਰਾ ਹਟਾ ਰਿਹਾ ਤਾਂ ਜੋ ਗੱਡੀ ਸਕਿੱਡ ਨਾ ਕਰੇ। ਅਤੇ ਇੱਥੇ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ। ਇਹ ਦੇਖੋ ਜੀ ਸਾਹਮਣੇ ਲੇਕ ਹੈ, ਅਤੇ ਕੁਛ ਲੋਕ ਇੱਥੇ ਬੋਟਿੰਗ ਕਰਨ ਆਏ ਹੋਏ ਨੇ, ਤੁਸੀਂ ਇੱਥੇ ਪਰਮਿਟ ਲੈ ਕੇ ਬੋਟਿੰਗ ਕਰ ਸਕਦੇ ਹੋ, ਅਤੇ ਉਹਦੀ ਫੀਸ ਭਰ ਕੇ ਉਸ ਤੋਂ ਬਾਅਦ ਤੁਸੀਂ ਬੋਟਿੰਗ ਕਰ ਸਕਦੇ ਹੋ, ਫਿਸ਼ਿੰਗ ਕਰ ਸਕਦੇ ਹੋ, ਜੋ ਵੀ ਮਤਲਬ ਤੁਹਾਡਾ ਇੱਥੇ ਉਸ ਪਰਮਿਟ ਦੇ ਵਿੱਚ ਅਲਾਊਡ ਹੋਊਗਾ ਤੁਸੀਂ ਉਹ ਐਕਟੀਵਿਟੀਜ਼ ਇੱਥੇ ਆਪਣੀਆਂ ਕਰ ਸਕਦੇ ਹੋ। ਅਤੇ ਕੁਛ ਲੋਕ ਇੱਥੇ ਆਰਵੀਜ਼ ਵਗੈਰਾ ਲੈ ਕੇ ਆਉਂਦੇ ਨੇ ਅਤੇ ਉਹਨਾਂ ਦੇ ਵਿੱਚ ਹੀ ਰਾਤ ਕੱਟਦੇ ਨੇ ਅਤੇ ਅੱਗੇ ਦੀ ਅੱਗੇ ਘੁੰਮਦੇ ਫਿਰਦੇ ਰਹਿੰਦੇ ਨੇ। ਅਤੇ ਇਸ ਲੇਕ ਦੇ ਵਿੱਚ ਫਿਸ਼ ਵਗੈਰਾ ਵੀ ਹੈਗੀ ਹੈ ਕਾਫੀ, ਅਤੇ ਕੁਛ ਲੋਕ ਫਿਸ਼ਿੰਗ ਕਰਨ ਆਉਂਦੇ ਨੇ, ਅਤੇ ਤੁਸੀਂ ਦੇਖ ਸਕਦੇ ਹੋ ਆਲਾ ਦੁਆਲਾ ਬਹੁਤ ਹੀ ਜ਼ਿਆਦਾ ਸੋਹਣਾ ਅਤੇ ਸਾਫ਼ ਸੁਥਰਾ। ਇੱਥੇ ਪਾਪੂਲੇਸ਼ਨ ਘੱਟ ਹੈ ਅਤੇ ਲੋਕ ਵੀ ਘੱਟ ਨੇ, ਫਿਰ